ਮੇਰਾ ਨਾਮ ਮੁਕੇਸ਼ ਕੁਮਾਰ, ਸ਼ਿਵ ਸੈਨਾ ਦਾ ਸ਼ਹਿਰੀ ਪ੍ਰਧਾਨ ਜੀ। ਕੀ ਮਾਮਲਾ ਜੀ? ਜਿਹੜਾ ਦੋ ਬੰਦੇ ਅਰੈਸਟ ਕੀਤੇ, ਇੱਕ ਪਹਿਲਾਂ ਕੀਤਾ, ਕੌਣ ਕੀਤਾ, ਕੀ ਤੁਸੀਂ ਫੜਾਏ ਨੇ ਪੁਲਿਸ ਨੂੰ, ਕੀ ਆ ਮਾਮਲਾ? ਇਹ ਜੀ, ਮੇਰੇ ਘਰ ਦੇ ਕੋਲ ਰੈਕੀ ਕਰ ਰਹੇ ਸੀਗੇ, ਜੋ ਕਿ ਇੱਕ ਤਾਂ ਅਸੀਂ ਪਹਿਲਾਂ ਥਾਣੇ 'ਚ ਫੜਾਇਆ ਜਾਂਦਾ ਸੀਗਾ, ਇੱਕ ਨੇ ਮੈਨੂੰ ਧੱਕਾ ਮਾਰ ਕੇ ਜੋ ਕਿ ਟੋਭੇ ਦੇ ਵਿੱਚ ਉਤਰ ਗਿਆ ਸੀ, ਉਦੋਂ ਹੀ ਅਸੀਂ ਭਾਲ 'ਚ ਸੀ ਵੀ ਕਦੋਂ ਬਾਹਰ ਆਵੇ। ਹੁਣ ਥੋੜ੍ਹੀ ਦੇਰ ਦੇ ਵਿੱਚ ਬਾਹਰ ਨਿਕਲਿਆ, ਅਸੀਂ ਉਹਨੂੰ ਫੜ ਲਿਆ ਅਤੇ PCR ਨੂੰ ਫਿਰ ਫੋਨ ਕਰਕੇ ਉਹਨੂੰ ਥਾਣੇ ਭੇਜ ਦਿੱਤਾ। ਕੀ ਲੱਗਦਾ ਤੁਹਾਡੀ ਰੈਕੀ ਕਰਦੇ ਸੀ? ਇਹ ਮੇਰੀ ਰੈਕੀ ਕਰ ਰਹੇ ਸੀਗੇ ਜੀ, ਇਹ ਤਕਰੀਬਨ 4-5 ਵਜੇ ਦੀ ਮੇਰੀ ਰੈਕੀ ਹੀ ਕਰ ਰਹੇ ਨੇ, ਮੇਰੇ ਘਰ ਦੇ ਕੋਲ ਹੀ ਗੇੜੇ ਕੱਢ ਰਹੇ ਸੀਗੇ। ਇਹਨਾਂ ਦਾ ਮੂੰਹ ਵੀ ਪੂਰਾ ਰੁਮਾਲ ਨਾਲ ਬੰਨਿਆ ਹੋਇਆ ਸੀ ਅਤੇ ਨੰਬਰ ਪਲੇਟ ਇਹਨਾਂ ਨੇ ਹਾਈਡ ਕਰੀ ਹੋਈ ਸੀ, ਟੇਪ ਲਾਈ ਹੋਈ ਸੀ ਉੱਤੇ। ਕਿਹਦੇ ਤੇ ਸਵਾਰ ਹੋਏ? ਇਹ ਮੋਟਰਸਾਈਕਲ ਸੀਗੇ ਸਪਲੈਂਡਰ। ਤੇ ਹੁਣ ਕੀ ਕਹਿਣਾ ਚਾਹੁੰਦੇ ਕੀ ਮਤਲਬ? ਮੈਂ ਤਾਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦਾ ਵੀ ਇਹਨਾਂ ਦੀ ਚੰਗੀ ਤਰ੍ਹਾਂ ਇਹਨਾਂ ਦੀ ਜਾਂਚ ਕੀਤੀ ਜਾਵੇ ਵੀ ਕੌਣ ਨੇ ਕੀ ਕਰਨਾ ਆਈ ਸੀ ਅਤੇ ਕਿਹੜੇ ਮਕਸਦ ਨਾਲ ਮੇਰੇ ਤੇ ਹਮਲਾ ਕਰਨਾ ਸੀ, ਕੀ ਕਰਨਾ, ਇਸ ਨੇ ਜਾਂਚ ਕੀਤੀ ਜਾਵੇ। ਜਾਨ ਮਾਲ ਦਾ ਖਤਰਾ ਤੁਹਾਨੂੰ? ਹਾਂਜੀ, ਹੈਗਾ ਸੀਗਾ ਜਾਨ ਮਾਲ ਦਾ, ਕਿਉਂਕਿ ਉਹੀ ਟਾਈਮ ਮੈਂ ਘਰੇ ਜਾਂਦਾ, 8-8:30 ਵਜੇ ਮੈਂ ਸ਼ੋਪ ਤਕਰੀਬਨ ਕਲੋਜ਼ ਕਰਦਾ ਹੁੰਦਾ, ਕਿਉਂਕਿ ਮੈਂ ਮਿਲਿਆ ਨਹੀਂ, ਮੇਰੇ ਕੋਲ ਥੋੜ੍ਹਾ ਜਿਹਾ ਮੈਂ ਬਿਜ਼ੀ ਸੀ ਸ਼ੋਪ ਤੇ, ਤਾਂ ਕਰਕੇ ਮੈਂ ਲੇਟ ਹੋ ਗਿਆ ਅਤੇ ਪਿੱਛੇ ਇਹ ਰੈਕੀ ਕਰ ਰਹੇ ਸੀ। ਪਹਿਲਾਂ ਵੀ ਕਦੇ ਦੇਖੇ ਗਏ? ਇਹ ਅੱਜ ਤੋਂ ਹੀ ਲਾ ਰਹੇ ਸੀ ਗੇੜੇ, 4-5 ਵਜੇ ਦੇ ਪਤਾ ਲੱਗਿਆ, ਉਹਨੂੰ ਗਲੀ 'ਚ ਦੱਸਿਆ ਵੀ ਗੇੜੇ ਮਾਰ ਰਹੇ ਸੀ, ਰੈਕੀ ਕਰ ਰਹੇ ਸੀ। ਕੁਛ ਬੰਦਿਆਂ ਨਾਲ ਤੁਹਾਡੇ ਝਪਟ ਹੋਈ ਆ, ਕੌਣ ਸੀ ਬੰਦੇ ਉਹ? ਇਹਨਾਂ ਨਾਲ ਹੋਈ ਹੈ ਝਪਟ ਸਾਡੀ, ਇਹਨਾਂ ਨਾਲ ਜਿਹੜੇ ਬੰਦੇ ਤੇ ਇਹਨਾਂ ਨੇ ਕੋ ਹਮਲਾ ਵੀ ਕੀਤਾ। ਹਾਂਜੀ ਹਾਂਜੀ, ਉਹ ਮੇਰੇ ਘਰੇ ਰਾਸ਼ਨ ਦੇਣ ਆਇਆ ਸੀ, ਮੇਰੇ ਘਰ ਦੇ ਅੱਗੇ ਹੀ ਝਪਟ ਹੋਈ ਹੈ ਜਿਹੜੀ ਹੋਈ ਹੈ ਇਹਨਾਂ ਦੀ, ਤੇ ਉਹਨੂੰ ਕਿਤੇ ਐਦਾਂ ਲੱਗਿਆ ਵੀ ਕਿਤੇ ਇਹੀ ਮੁਕੇਸ਼ ਆ, ਉਹਨੂੰ ਹੱਥ ਪਾਉਣ ਲੱਗੇ, ਇਹ ਮੇਰੇ ਘਰ ਦੇ ਅੰਦਰ ਵੜ ਗਿਆ ਮੁੰਡਾ ਜਿਹੜਾ ਮੇਰੇ ਘਰੇ ਰਾਸ਼ਨ ਦੇਣ ਆਇਆ। ਰਮਨ ਵਡੇਰਾ ਜੀ, ਮੈਂ ਪੰਜਾਬ ਯੂਥ ਪ੍ਰਧਾਨ ਸ਼ਿਵ ਸੈਨਾ। ਪ੍ਰਧਾਨ ਜੀ, ਬੜੀ ਜਦੋਜਹਿਦ ਬਾਅਦ ਇੱਕ ਬੰਦਾ ਪਹਿਲਾਂ ਕਾਬੂ ਕੀਤਾ, ਇੱਕ ਹੁਣ ਕਾਬੂ ਕੀਤਾ, ਮਾਮਲਾ ਕੀ ਹੈ ਸਾਰਾ? ਮਾਮਲਾ ਜੀ ਕੁਛ ਗੜਗਮਾਉਂਦਾ ਦਿਖਦਾ ਪਿਆ ਵਾ, ਕੋਈ ਸਮਝ ਨਹੀਂ ਲੱਗਦੀ ਕੀ ਮਾਮਲਾ ਵਾ। ਜਦ ਕਿ ਮੇਰੇ ਭਰਾ ਦਾ ਉੱਥੇ ਘਰ ਆ, ਜਿਹੜਾ ਦੂਜਾ ਫੜਿਆ ਜਿਹਨੇ ਟੋਭੇ ਛਾਲ ਮਾਰੀ ਆ, ਇਹਨੂੰ ਫੜਿਆ, ਇਹਨੂੰ ਅਸੀਂ ਪੁੱਛਿਆ ਸੀਗਾ, ਦੇਖ ਤੈਨੂੰ ਕੁੱਟਣਾ ਮਾਰਨਾ ਕਿਸੇ ਨੇ ਨੀਗਾ, ਤੂੰ ਇਹ ਦੱਸ ਤੈਨੂੰ ਭੇਜਿਆ ਕਿਹਨੇ ਆ। ਇਹ ਕਿਸੇ ਬੰਦੇ ਦਾ ਨਾਂ ਲੈਂਦਾ ਸੀ ਉੱਥੇ ਦੇ ਮੁੰਡੇ ਦਾ, ਇਹ ਕਹਿੰਦਾ ਜੀ ਮੈਨੂੰ ਉਹਨੇ ਕਿਹਾ ਸੀ ਆਹ ਘਰ ਦੇ ਬੰਦੇ ਬਾਹਰ ਨਿਕਲਣਗੇ, ਇਹਨਾਂ ਦੀ ਬਾਲੀਆਂ ਖੋਲੀ, ਇਹਦੀ ਬੁੜੀ ਇੱਥੇ ਫਿਰਦੀ ਆ, ਸੈਰ ਕਰਦੀ ਆ, ਬਾਲੀਆਂ ਖੋਲਿਓ। ਇਹ ਹੁਣ ਸਾਨੂੰ ਇਹ ਨਹੀਂ ਪਤਾ ਇਹ ਆਹ ਗੱਲ ਕਿਉਂ ਕਹਿੰਦਾ ਪਿਆ ਵਾ, ਸਾਨੂੰ ਤਾਂ ਇਹੀ ਡਾਊਟ ਆ ਕਿ ਸਾਡਾ ਮੁੰਡਾ ਜਿਹੜਾ ਮੁਕੇਸ਼ ਆ, ਇਹਦੇ ਸੱਟਾ ਮਾਰਨ ਲਈ ਇਹ ਬੰਦੇ ਆਏ ਸੀਗੇ ਅਤੇ ਉਹ ਬੰਦੇ ਨੇ ਭੇਜੇ ਸੀਗੇ, ਇਹਦੀ ਰੈਕੀ ਹੋਈ ਸੀ, ਉਹੀ ਘਰ ਮੂਹਰੇ ਸਕੂਟਰੀ ਆਈ, ਉਹੀ ਟਾਈਮ 8-8:15 ਵਜੇ ਦੇ ਵਿੱਚ ਜਦੋਂ ਇਹ ਦੁਕਾਨ ਵਧਾ ਕੇ ਆਪਣੇ ਘਰ ਆਉਂਦੇ ਨੇ ਅਤੇ ਉਹ ਮੁੰਡੇ ਉਦੋਂ ਹੀ ਉਹਨੂੰ ਪੈਣ ਵਾਲੇ ਹੋ ਗਏ। ਇਹ ਜਿਹੜਾ ਜਿਹੜੀ ਗੱਲ ਇਹ ਤੁਹਾਡੇ ਸਾਹਮਣੇ ਮੀਡੀਆ ਦੇ ਸਾਹਮਣੇ ਹੀ ਮੰਨੇ ਆ ਕਿ ਅਸੀਂ ਐਂ ਕਰਨ, ਇਹ ਆਪਣਾ ਬਚਾਅ ਕਰਨ ਲਈ ਕਿ ਹੁਣ ਕੀ ਕੋਈ ਹੋਰ ਪੰਗਾ ਨਾ ਪੈ ਜਾਵੇ। ਮੁਕੇਸ਼ ਕੌਣ? ਮੁਕੇਸ਼ ਸ਼ਿਵ ਸੈਨਾ ਦਾ ਪ੍ਰਧਾਨ ਆ ਜੀ, ਸਮਰਾਲੇ ਦਾ। ਤੁਹਾਨੂੰ ਸ਼ੱਕ ਆ ਵੀ ਇਹ ਹਿੰਦੂ ਲੀਡਰ ਹੋਣ ਕਰਕੇ? ਅੱਜ ਕੱਲ੍ਹ ਬਹੁਤ ਵਾਰਦਾਤਾਂ ਹੋ ਰਹੀਆਂ ਨੇ, ਹਿੰਦੂ ਲੀਡਰਾਂ ਤੇ ਹਮਲੇ ਹੋ ਰਹੇ ਨੇ। ਮੈਨੂੰ ਪੂਰਾ ਸ਼ੱਕ ਨਹੀਂ, ਮੈਨੂੰ ਪੂਰਾ ਕਨਫਰਮ ਹੀ ਆ ਜੀ, ਇਹਦੇ ਇਸ ਮੁੰਡੇ ਤੇ ਅੱਜ ਸੱਟਾ ਵੱਜਣੀਆਂ ਸੀ, ਇਹਦੀ ਚੁਸਤੀ ਦਰੁਸਤੀ ਕਰਕੇ ਇਹਨਾਂ ਦਾ ਬਚਾਅ ਹੋ ਗਿਆ। ਹਾਂਜੀ, ਦੋ ਬੰਦੇ ਕਾਬੂ ਕਰਕੇ ਤੁਸੀਂ ਪੁਲਿਸ ਨੂੰ ਦੇਤੇ, ਆਲਾ ਅਧਿਕਾਰੀਆਂ ਨਾਲ ਗੱਲ ਹੋਈ ਹੈ ਕਿਸੇ ਨਾਲ? ਆਲਾ ਅਧਿਕਾਰੀਆਂ, ਡਿਪਟੀ ਸਾਹਿਬ ਨਾਲ ਗੱਲ ਹੋ ਗਈ, ਉਹ ਕਹਿੰਦੇ ਮੈਂ ਇਹਨੂੰ ਖੁਦ ਹੈਂਡਲ ਕਰੂੰਗਾ, ਮੈਂ ਖੁਦ ਦੇਖੂੰਗਾ। ਇਸ ਟਾਈਮ ਉਹਨਾਂ ਦੀ ਕਿਤੇ ਡਿਊਟੀ ਲੱਗੀ ਸੀ, ਉਹ ਗਏ ਹੋਏ ਸੀ, ਉਹਨਾਂ ਨੇ ਬਾਕੀ ਅਫਸਰ ਇੱਥੇ ਭੇਜੇ ਸੀ ਜਿਹੜੇ ਦੂਜੇ ਨੂੰ ਵੀ ਫੜ ਕੇ ਲੈ ਗਏ। ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਪੇਸ਼ ਕੀਤਾ ਵਾ, ਪੇਸ਼ ਕਰਾ ਕੇ ਅਸੀਂ ਇਹਨਾਂ ਨੂੰ ਥਾਣੇ ਪਹੁੰਚਵਾਤਾ ਵਾ। ਕੀ ਲੱਗਦਾ ਵੀ ਕੌਣ ਸਾਡੇ ਮੁੰਡੇ? ਇਹ ਤਾਂ ਜੀ ਹੁਣ ਪੁਲਿਸ ਹੀ ਕੱਢੂਗੀ, ਜਿੱਥੇ ਤੱਕ ਸਾਡਾ ਮਨ ਦਾ ਡਾਊਟ ਆ ਕਿ ਸਾਡੇ ਮੁੰਡੇ ਦੀ ਰੇਕੀ ਹੁੰਦੀ ਸੀ, ਇਹਦਾ ਕੋਈ ਵਾਧੂ ਘਾਟੂ ਨੁਕਸਾਨ ਹੋ ਸਕਦਾ? ਹਾਂ, ਅੱਜ ਤੋਂ ਪਹਿਲਾਂ ਵੀ ਦੇਖੇ ਗਏ ਨੇ ਇਹ, ਉਹ ਆਪਣੇ ਮੂੰਹੋਂ ਮੰਨਦੇ ਨੇ ਕਿ ਅਸੀਂ 2-4-5 ਗੇੜੇ ਪਹਿਲਾਂ ਲਾਏ ਨੇ, ਸਾਨੂੰ ਮਿਲਿਆ ਨਹੀਂ। ਇਹ ਹੁਣ ਪੁਲਿਸ ਕੱਢੇਗੀ ਜੀ, ਪੁਲਿਸ ਵੈਰੀਫਾਈ ਕਰੇਗੀ, ਸਾਰਾ ਕੁਝ ਕਰੇਗੀ ਕਿ ਇਹ ਕੀ ਕਰਨ ਆਏ ਸੀ ਤੇ ਕਿਹੜੀ ਮਨਸ਼ਾ ਨਾਲ ਆਏ ਸੀ। ਮੇਰੇ ਨਾਲ ਇਹ ਸੀ ਜੋਰਾ ਸਿੰਘ ਜੀ। ਕੀ ਮਾਮਲਾ? ਜਿਹੜੇ ਬੰਦੇ ਦੋ ਫੜੇ ਨੇ ਜੀ, ਕੀ ਹੈਗਾ ਮਾਮਲਾ? ਇਹ ਮੱਲਿਆਂ ਨੇ ਬੰਦੇ ਫੜੇ ਸੀ, 112 ਦੀ ਹੈਲਪਲਾਈਨ ਤੇ ਕਾਲ ਕਰੀ ਸੀ ਇਹਨਾਂ ਨੇ, ਉਹ ਸਾਨੂੰ ਰਿਸੀਵ ਹੋਈ ਸੀਗੀ ਤੇ ਦੋ ਬੰਦੇ ਸੀਗੇ ਇਹ ਕਾਬੂ ਕਰੇ, ਬਾਕੀ
ਪੁੱਛਗਿਛ ਕਰਦੇ ਜਿਹਨੇ ਥਾਣੇ ਲਿਆ ਕੇ ਇੱਕ ਪਹਿਲਾਂ ਕਾਬੂ ਕੀਤਾ ਹੁਣ ਇੱਕ ਪਹਿਲਾਂ ਗੱਲ ਇੱਕ ਹੁਣ ਫੇਰ ਦੁਆਰਾ ਪਬਲਿਕ ਦੀ ਮਤਲਬ ਭੱਜ ਗਿਆ ਸੀ ਨਾ ਕਰ ਲਿਆ ਕਾਬੂ ਪ੍ਰਧਾਨ ਜੀ ਦਾ ਇਹ ਵੀ ਕਹਿਣਾ ਵੀ ਰੇਕੀ ਕਰਦੇ ਫਿਰਦੇ ਸੀਗੇ ਸ਼ਿਵ ਸੈਨਾ ਪ੍ਰਧਾਨ ਉਹ ਪਤਾ ਕਰਾਂਗੇ ਹੁਣ ਇਹਨਾਂ ਕੋਲੋਂ ਵੀ ਕਿਸ ਕੰਮ ਲਈ ਆਏ ਨੇ ਅਸਲ ਅਫਸਰ ਜਾ ਕੇ ਨੋਟਿਸ ਲਿਆਵਾਂਗੇ ਨਾ ਹੁਣ ਦੋ ਬੰਦੇ ਤੁਹਾਡੇ ਕੋਲ ਨੇ ਦੋ ਹੋ ਗਏ ਹਾਂਜੀ ਇੱਕ ਪਹਿਲਾਂ ਇੱਕ ਹੁਣ ਹੋ ਗਏ ਠੀਕ ਹੈ ਜੀ ਇਹਦੀ ਪਛਾਣ ਵਗੈਰਾ ਹੋਈ ਹੈ ਕੋਈ ਕਿੱਥੋਂ ਉਹ ਚੈੱਕ ਕਰਦੇ ਸਾਰਾ ਪੁੱਛ ਕੇ ਇਹਨਾਂ ਕੋਲ ਕਿੱਥੋਂ ਆਏ ਨੇ ਕੀ ਕਰ ਲਏ ਕਾਹਦੇ ਲਈ ਆਏ ਨੇ ਇਹਨਾਂ ਦੇ ਮੋਟਰਸਾਈਕਲ ਵਗੈਰਾ ਤੇ ਟੇਪਾਂ ਟੂਪਾਂ ਵੀ ਲੱਗੀ ਹਾਂ ਉਹ ਹੈਗੀ ਉਹ ਚੈੱਕ ਕਰ ਲਿਆ ਤੇ ਮੋਟਰਸਾਈਕਲ ਦੇ ਅੱਗੇ ਟੇਪ ਲੱਗੀ ਤੇ ਪਿੱਛੇ ਟੇਪ ਲੱਗੀ ਕਾਲੇ ਰੰਗ ਦੇ